ਸਾਡੇ ਦੋਸਤ ਹੈ ਪੁੱਛਦੇ ਨੇ ਉਸਤਾਦ ਜੀ ਕੋਲੋਂ ਕੋਈ ਨੁਸਖਾ ਪੁੱਛੋ, ਕਿ ਜਿਹਨਾਂ ਦੋਸਤਾਂ ਦੇ ਵੀ ਅਸੀਂ ਇੰਟਰਵਿਊ ਕਰਨੇ ਹਾਂ, ਤੁਸੀਂ ਸਭ ਤੋਂ ਪਹਿਲੇ ਤੁਹਾਡੇ ਨਾਲ ਇਹ ਸਵਾਲ ਹੈ, ਕਬੂਤਰ ਨੂੰ ਬਣਾਉਣਾ ਫਨ ਹੈ ਕਿ ਡਾਣਾ ਫਨ ਹੈ? ਮੇਰੀ ਗੱਲ ਸੁਣ, ਤੁਹਾਡਾ ਕਬੂਤਰ ਨਾ ਬਣਿਆ ਹੋਵੇ, ਤੁਸੀਂ ਨੁਸਖਾ ਲਾ ਕੇ ਡਾ ਕੇ ਵਹਾ ਦੇਣਾ, ਮੈਂ ਤੁਹਾਨੂੰ ਮੰਨ ਜਾਂਗਾ। ਕਬੂਤਰ ਬਣਾਉਣਾ ਹੀ ਕੰਮ ਹੈ, ਦੇਖੋ ਕਬੂਤਰ ਨੂੰ ਬਣਾਉਣਾ ਹੀ ਕੰਮ ਹੈ, ਉਸਤਾਦੀ ਇਹਦੇ 'ਚ ਆ, ਨੁਸਖਾ ਦੇਣ 'ਚ ਉਸਤਾਦੀ ਨਹੀਂ। ਹੁਣ ਤਾਂ ਵੇਖੋ ਨਾ, ਲੋਕਾਂ ਨੇ ਬੈਗ ਪਾਏ ਨੇ, ਗੋਲੀਆਂ ਪਾਈਆਂ ਆ, ਤੇ ਲੋਕਾਂ ਦੇ ਕਬੂਤਰ ਨੂੰ ਉਡਾ ਰਹੇ ਨੇ। ਅਸੀਂ ਉਸ ਛੱਤ ਤੇ ਕਦਾਂ ਕਬੂਤਰ ਨਹੀਂ ਉਡਾਉਂਦੇ ਜਿੱਥੇ ਸਾਡਾ ਮਹੀਨਿਆਂ ਪਹਿਲੇ ਇਹਨਾਂ ਦਾ ਹਫ਼ਤਾ ਹੋਵੇ, ਕਿਉਂਕਿ ਸਾਨੂੰ ਅਸੀਂ ਉਹਦੀ ਫਿਰਤਾ ਉਹਦਾ ਹਰ ਚੀਜ਼ ਚੈੱਕ ਕਰਨੀ, ਤੇ ਫਿਰ ਉਸ ਮਿਜਾਜ਼। ਹੁਣ 7 ਕਬੂਤਰ ਤੁਸੀਂ ਬਾਜ਼ੀ 'ਚ ਉਡਾਏ ਨੇ, 7 ਕਬੂਤਰ ਇੱਕ ਨੁਸਖਾ ਤੇ ਨਹੀਂ ਲੈਂਦੇ, ਮੁਖਤਲਿਫ ਕਬੂਤਰ ਨੂੰ ਸਮਝ ਕੇ ਉਹਦੀ ਕੈਟਾਗਰੀ ਦੇ ਮੁਤਾਬਕ ਜਾ ਕੇ ਜਨਾਬ ਜੀ ਚੀਜ਼ਾਂ ਦੇ ਨੁਸਖਾ। ਅਸੀਂ ਹੁਣ ਕੀ ਦੱਸੀਏ ਕਾਮਰਾਨ ਭਾਈ, ਨੁਸਖਾ ਤੇ ਅਸੀਂ ਦੱਸਦਾ ਉਹ ਇਸਤੇਮਾਲ ਕੀਤਾ, ਕਿਸੇ ਨੂੰ ਆ ਗਿਆ ਮਾਫਕ, ਕਿਸੇ ਨੂੰ ਨਹੀਂ ਆਇਆ, ਉਹਨੇ ਕਹਿੰਦਾ ਝੂਠ ਬੋਲਦਾ। ਚਲੋ ਮੈਂ ਆਸਾਨੀ ਪੈਦਾ ਕਰ ਦਿੰਦਾ ਉਸਤਾਦ ਜੀ, 2 ਵਜੇ ਤੋਂ ਬਾਅਦ ਵਾਲੇ ਨੂੰ ਵੀ ਦੱਸ ਦਿਓ ਤੇ 2 ਵਜੇ ਤੋਂ ਪਹਿਲੇ ਵਾਲੇ ਨੂੰ ਵੀ ਦੱਸ ਦਿਓ। ਉਹ ਫਿਰ ਦੇਖੋ, ਮੈਂ ਅੱਗੇ ਵੀ ਵਾਰ ਵਾਰ ਇੱਕੋ ਹੀ ਗੱਲ ਕਹਿੰਦਾ, ਕੋਈ ਨੁਸਖਾ ਵੀ ਦਿਓ ਉਹਦੀ ਮਕਦਾਰ ਜਿੰਨੀ ਘੱਟ ਰੇਸ਼ੋ ਰੱਖੋਗੇ ਨਾ ਨੁਸਖਾ ਦੇਣ ਦੀ, ਉਨੇ ਅੱਛੇ ਉੱਡਣਗੇ, ਉਨੇ ਜ਼ਿਆਦਾ ਕਬੂਤਰ ਪਰਫੈਕਟ। ਜ਼ਿਆਦਾ ਦੇਣ ਨਾਲ ਸਾਜੀ ਕੀ ਤਲਖੀ ਵਧੀਆ, ਤਲਖੀ ਆਪਣੀ ਹੋਸ਼ ਹੀ ਖੋ ਬੈਂਦਾ ਕਬੂਤਰ, ਉਹ ਫਿਰ ਕੰਧਾਂ ਜੇ ਵੱਜ ਕੇ ਕਿਤੇ ਡਿੱਗਦਾ। ਜਿਹੜੇ ਕਹਿੰਦੇ ਨਾ ਮੇਰਾ ਕਬੂਤਰ ਆ ਜਾਓ ਸਾਹਮਣੇ ਜਾ ਕੇ ਬਹਿ ਗਿਆ, ਉੱਥੇ ਡਿੱਗ ਪਿਆ, ਇੰਜ ਹੋ ਗਿਆ, ਉੱਤੋਂ ਹੀ ਨਹੀਂ ਆਇਆ ਉਹ ਪਤਾ ਕੀ। ਮੀਆਂ ਨਜ਼ੀਰ ਸਾਹਿਬ ਨੂੰ ਅੱਲਾ ਨਸੀਬ ਕਰੇ, ਉਹਨਾਂ ਦੀ ਮੈਨੂੰ ਇੱਕ ਗੱਲ ਯਾਦ ਆ ਗਈ। ਉਹ ਕਹਿੰਦੇ ਹੁੰਦੇ ਸੀ ਕਿ ਭਾਅ ਜੀ ਕਬੂਤਰਬਾਜ਼ੀ ਦੇ ਵੱਸ ਹੋਵੇ ਨਾ, ਅਤੇ ਹਕੀਮਾਂ ਦੀਆਂ ਅਤੇ ਮੈਡੀਕਲ ਸਟੋਰ ਦੀਆਂ ਸਾਰੀਆਂ ਦੁਕਾਨਾਂ ਹੀ ਕਬੂਤਰ 'ਚ ਧੋਂਦੇ, ਗੱਲ ਸਮਝਦੇ ਹੋ? ਅਤੇ ਗੱਲ ਹੈਗੀ ਹੈ ਕਿ ਇਹ ਜਦੋਂ ਰਾਤ ਸਾਰੀ ਕਬੂਤਰਾਂ 'ਤੇ ਲਾਉਂਦੇ ਨੇ ਨਾ, ਫਿਰ ਉਹ ਜ਼ੁਲਮ ਕਰ ਕਰਕੇ ਉਹ ਫਿਰ ਸੁਬਾਹ ਨਿਕਲਣਾ ਹੁੰਦਾ। ਤੁਸੀਂ ਸਾਰੀ ਜ਼ਿੰਦਗੀ ਕਬੂਤਰ ਡਾਇਲ ਕਿੰਨਾ ਕੁ ਨੁਸਖਾ ਦਿੰਦੇ ਹੋ ਆਪਣੀ ਇਮਾਨ ਨਾਲ?